ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਆਪੋ ਆਪਣੇ ਰੁਝੇਵਿਆਂ ਦੇ ਵਿੱਚ ਰੁੱਝਿਆ ਹੋਇਆ ਅਤੇ ਥੱਕ ਹਾਰ ਕੇ ਹਰ ਇੱਕ ਦਾ ਧਿਆਨ ਇੱਕੋ ਚੀਜ਼ ਵੱਲ ਜਾਂਦਾ ਅਤੇ ਉਹ ਹੈ ਚਾਹ ਦੀ ਪਿਆਲੀ ਦੇ ਵੱਲ। ਤਾਂ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਕਨਸੈਪਟ ਆਇਆ ਔਰ ਇਹ ਚਾਹ ਕੋਈ ਮਾਮੂਲੀ ਚਾਹ ਨਹੀਂ ਹੈ। ਇਸ ਵਿੱਚ ਕਹਿ ਸਕਦੇ ਹਾਂ ਪਿਆਰ ਸਤਿਕਾਰ ਤਾਂ ਭਰਿਆ ਹੀ ਪਿਆ, ਪਰ ਨਾਲ ਇਹ ਜੋ ਚਾਹ ਦਾ ਕੱਪ ਹੈ ਇਸ ਤੋਂ ਤੁਸੀਂ ਖਾ ਵੀ ਸਕਦੇ ਹੋ। ਐਕਚੁਲੀ ਆਪਾਂ ਨੂੰ 20-25 ਦਿਨ ਹੀ ਹੋਏ ਆ ਸਟਾਰਟ ਕੀਤੇ ਨੂੰ, ਅਤੇ ਸ਼ੁਰੂਆਤ ਸਰ ਆਪਾਂ ਨੂੰ ਐਕਚੁਲੀ ਬ੍ਰਦਰ ਨੂੰ ਵੱਡੇ ਨੂੰ ਆਈਡੀਆ ਆਇਆ ਸੀ ਅਹਿਮਦਾਬਾਦ ਗਏ ਸੀਗੇ ਉਹ, ਅਤੇ ਉਹਨਾਂ ਨੇ ਸਾਰਾ ਕਨਸੈਪਟ ਵੇਖਿਆ ਉੱਥੇ। ਸਰ ਬਹੁਤ ਵਧੀਆ ਲੱਗਾ, ਆਪਾਂ ਯੂਨੀਵਰਸਿਟੀ ਪੜ੍ਹਦੇ ਹਾਂ ਅਤੇ ਇੰਨਾ ਕੋਈ ਮੋਸਟਲੀ ਵਿਜ਼ਿਟ ਕਰੀਦਾ, ਸਭ ਤੋਂ ਵਧੀਆ ਚਾਹ ਇਹਨਾਂ ਦੀ ਆ। ਚਾਹ ਤਾਂ ਤੁਸੀਂ ਪੀ ਲਈ ਹੈ ਅਤੇ ਹੁਣ ਕੱਪ ਖਾਣ ਦੀ ਵਾਰੀ, ਜਿਸ ਤਰ੍ਹਾਂ ਦੇਖ ਸਕਦੇ ਆ ਕਿ ਕੱਪ ਖਾਧਾ ਜਾ ਰਿਹਾ ਅਤੇ ਕਿਸ ਤਰ੍ਹਾਂ ਦਾ ਸਵਾਦ ਆ ਰਿਹਾ। ਵਧੀਆ ਸਵਾਦ ਆ ਰਿਹਾ, ਬਹੁਤ ਵਧੀਆ ਸਵਾਦ ਆ ਰਿਹਾ, ਬੜਾ ਵੱਖਰਾ ਕਨਸੈਪਟ, ਪਹਿਲੀ ਵਾਰ ਦੇਖਿਆ ਕਿ ਆਪਾਂ ਜੇ ਚਾਹ ਪੀਣੇ ਪਏ ਆਪਾਂ ਖਾ ਵੀ ਸਕਦੇ ਉਸ ਚੀਜ਼ ਨੂੰ। ਘਰ ਘਰ ਕੱਪ ਟੁੱਟ ਜਾਏ ਅਤੇ ਮੰਮੀ ਬੋਲਦੀ ਕਿ ਮੇਰਾ ਨੁਕਸਾਨ ਕਰ ਦਿੱਤਾ, ਇੱਥੇ ਕੱਪ ਤੋੜ ਤੋੜ ਕੇ ਖਾਧਾ ਜਾ ਰਿਹਾ। ਐਂ ਵੈਫਲ ਲਗਾਉਣਾ ਤਾਂ ਕਰਕੇ ਖਾਧਾ ਜਾਂਦਾ ਵਾ, ਮਤਲਬ ਸਾਰਿਆਂ ਨੂੰ ਟਰਾਈ ਕਰਨਾ ਚਾਹੀਦਾ ਵਾ। ਸ਼ਾਮ ਦਾ ਵੇਲਾ ਹੋ ਚੁੱਕਿਆ ਅਤੇ ਇਸ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਆਪੋ ਆਪਣੇ ਰੁਝੇਵਿਆਂ ਦੇ ਵਿੱਚ ਰੁੱਝਿਆ ਹੋਇਆ ਅਤੇ ਥੱਕ ਹਾਰ ਕੇ ਹਰ ਇੱਕ ਦਾ ਧਿਆਨ ਇੱਕੋ ਚੀਜ਼ ਵੱਲ ਜਾਂਦਾ ਅਤੇ ਉਹ ਹੈ ਚਾਹ ਦੀ ਪਿਆਲੀ ਦੇ ਵੱਲ। ਮੇਰੇ ਹੱਥ ਦੇ ਵਿੱਚ ਇਸ ਵਕਤ ਇਹ ਚਾਹ ਦੀ ਪਿਆਲੀ ਆ ਔਰ ਕਿਤਨਾ ਕਿਤੇ ਤੁਹਾਨੂੰ ਸੰਕੇਤ ਜ਼ਰੂਰ ਹੋ ਰਿਹਾ ਹੋਏਗਾ ਕਿ ਅੱਜ ਦੀ ਕਵਰੇਜ ਜੁੜੀ ਹੈ ਚਾਹ ਦੇ ਨਾਲ। ਤਾਂ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਕਨਸੈਪਟ ਆਇਆ ਔਰ ਇਹ ਚਾਹ ਕੋਈ ਮਾਮੂਲੀ ਚਾਹ ਨਹੀਂ ਹੈ। ਇਸ ਵਿੱਚ ਕਹਿ ਸਕਦੇ ਹਾਂ ਪਿਆਰ ਸਤਿਕਾਰ ਤਾਂ ਭਰਿਆ ਹੀ ਪਿਆ, ਪਰ ਨਾਲ ਇਹ ਜੋ ਚਾਹ ਦਾ ਕੱਪ ਹੈ ਇਸ ਨੂੰ ਤੁਸੀਂ ਖਾ ਵੀ ਸਕਦੇ ਹੋ। ਕਹਿ ਸਕਦੇ ਹਾਂ ਕਿ ਦੂਰ ਦੂਰ ਕਈ ਕਈ ਕਿਲੋਮੀਟਰ ਦੂਰ ਜਦ ਕਿਤੇ ਚਾਹ ਬਣਦੀ ਹੋਵੇ ਤਾਂ ਪੰਜਾਬੀਆਂ ਨੂੰ ਖਾਸ ਕਰਕੇ ਜਦ ਚਾਹ ਦੀ ਮਹਿਕ ਹੀ ਆ ਜਾਏ ਤਾਂ ਸਭ ਉਸ ਵੱਲ ਖਿੱਚੇ ਚਲੇ ਜਾਂਦੇ ਨੇ। ਤਾਂ ਪਹਿਲਾਂ ਇੱਕ ਚਾਹ ਦੀ ਚੁਸਕੀ ਲੈ ਲੈਂਦੇ ਹਾਂ ਅਤੇ ਫਿਰ ਅੱਗੇ ਦੀ ਕਵਰੇਜ ਦਾ ਆਗਾਜ਼ ਕਰਦੇ ਹਾਂ। ਕਿਆ ਬਾਤ ਹੈ ਜੀ, ਜੋ ਪਹਿਲਾਂ ਤਾਰੀਫਾਂ ਦੇ ਵਿੱਚ ਕਿਹਾ ਬਿਲਕੁਲ ਹੂ ਬਹੂ ਚਾਹ ਉਸੇ ਚੀਜ਼ਾਂ 'ਤੇ ਢੁੱਕਦੀ ਹੋਈ ਵਿਖਾਈ ਦਿੰਦੀ ਹੈ ਔਰ ਇਹ ਸੈਟਅਪ ਜੋ ਹੈ ਮੋਹਿਤ ਜੋ ਹੈ ਨੌਜਵਾਨ ਹੈ 22 ਸਾਲਾਂ ਦਾ ਉਸਦੇ ਵੱਲੋਂ ਸ਼ੁਰੂਆਤ ਕੀਤੀ ਗਈ ਆ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਟ ਹੈ ਕਾਕਾ ਚਾਹ ਵਾਲਾ ਦੇ ਨਾਂ ਦੇ ਨਾਲ ਔਰ ਜਿਸ ਵਿੱਚ ਖਾਸ ਹਾਈਲਾਈਟ ਕੀਤਾ ਗਿਆ ਚਾਹ ਪੀਓ ਕੱਪ ਖਾਓ। ਤਾਂ ਬਿਲਕੁਲ ਇਹ ਖਾਸ ਇੱਕ ਮਟੀਰੀਅਲ ਦੇ ਨਾਲ ਬਣੀ ਹੋਈ ਇਹ ਚਾਹ ਦਾ ਕੱਪ ਹੈ ਜੋ ਕੁੱਲੜ ਨੁਮਾ ਰੂਪ ਰੇਖਾ ਦਿੱਤੀ ਗਈ ਹੈ ਇਸ ਨੂੰ। ਔਰ ਇਹ ਸੋਚ ਕਿੱਦਾਂ ਆਈ, ਕੀ ਜ਼ਹਿਨ ਵਿੱਚ ਅਜਿਹਾ ਖਿਆਲ ਆਇਆ ਕਿ ਅੱਜ ਉਹਨਾਂ ਨੂੰ ਸੜਕ ਕਿਨਾਰੇ ਚਾਹ ਵੀ ਲਗਾਉਣੀ ਪੈ ਰਹੀ ਔਰ ਇਸ ਦੇ ਨਾਲ ਨਾਲ ਇੱਕ ਨਵਾਂ ਕਨਸੈਪਟ ਵੀ ਜੋ ਲੋਕਾਂ ਤੱਕ ਉਹ ਲੈ ਕੇ ਪਹੁੰਚੇ ਨੇ। ਤਾਂ ਮੋਹਿਤ ਕਿਸ ਤਰ੍ਹਾਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਸਰ ਐਕਚੁਲੀ ਆਪਾਂ ਨੂੰ 20-25 ਦਿਨ ਹੀ ਹੋਏ ਆ ਸਟਾਰਟ ਕੀਤੇ ਨੂੰ, ਅਤੇ ਸ਼ੁਰੂਆਤ ਸਰ ਆਪਾਂ ਨੂੰ ਐਕਚੁਲੀ ਬ੍ਰਦਰ ਨੂੰ ਵੱਡੇ ਨੂੰ ਆਈਡੀਆ ਆਇਆ ਸੀ ਅਹਿਮਦਾਬਾਦ ਗਏ ਸੀਗੇ ਉਹ, ਅਤੇ ਉਹਨਾਂ ਨੇ ਸਾਰਾ ਕਨਸੈਪਟ ਵੇਖਿਆ ਉੱਥੇ ਅਤੇ ਉਹਨਾਂ ਨੇ ਇੱਥੇ ਕਨਸੈਪਟ ਲੈ ਕੇ ਆਏ ਮੇਰੇ ਨੂੰ ਸਾਰੇ, ਉਹ ਇਹਨਾਂ ਨੇ ਸੈਟਅਪ ਕੀਤਾ ਸਾਰਾ ਹੀ। ਹਾਂਜੀ, ਅਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਚਾਹ ਦਾ ਕੰਮ ਕਰਨਾ ਜਿੱਥੇ ਹੁਣ ਦੇ ਸਮੇਂ ਦੇ ਵਿੱਚ ਨੌਜਵਾਨ ਬਾਹਰੀ ਮੁਲਕਾਂ ਦਾ ਜਾਂ ਹੋਰਾਂ ਚੀਜ਼ਾਂ ਵੱਲ ਜਾਂਦੇ ਹੋਏ ਵਿਖਾਈ ਦਿੰਦੇ ਨੇ, ਚਾਹ ਦਾ ਕੰਮ ਕਿਉਂ ਕੀਤਾ ਗਿਆ? ਸਰ ਮੈਂ ਇੱਥੇ ਯੂਨੀਵਰਸਿਟੀ ਦੇ ਸਾਹਮਣੇ ਤਦ ਖੋਲ੍ਹੀ ਕਿਉਂਕਿ ਮੈਂ ਇੱਥੇ ਪੜ੍ਹਨਾ ਚਾਹੁੰਦਾ ਸੀ, ਅਤੇ ਚਾਹ ਦਾ ਕਿਉਂ ਕੀਤਾ ਕਿਉਂਕਿ ਚਾਹ ਥੋੜ੍ਹਾ ਜਿਹਾ ਈਜ਼ੀਲੀ ਆ, ਮੈਂ ਘਰ ਵੀ ਬਣਾਉਣਾ ਸੀ ਅਤੇ ਮੇਰੇ ਯਾਰ ਦੋਸਤ ਜਾਂ ਮੇਰੇ ਮੰਮੀ ਪਾਪਾ ਕਹਿੰਦੇ ਸੀ ਕਿ ਤੂੰ ਮਜ਼ਾਕ ਮਜ਼ਾਕ ਕੇ ਚਾਹ ਦੀ ਰੇਹੜੀ ਖੋਲ੍ਹ ਲਾ, ਅਤੇ ਇਸ ਕਰਕੇ ਮੈਂ ਚਾਹ ਦੀ ਰੇਹੜੀ ਖੋਲ੍ਹੀ। ਚਾਹ ਨਾਲ ਪਹਿਲਾਂ ਹੀ ਕੋਈ ਗੂੜਾ ਨਾਤਾ ਚੱਲਦਾ ਆ ਰਿਹਾ ਸੀ? ਇਹ ਸਰ ਖੁਦਾ ਵੱਲੋਂ ਹੀ ਹੈ, ਪਰਮੇਸ਼ੁਰ ਵੱਲੋਂ ਹੀ ਗੂੜਾ ਨਾਤਾ ਹੈ। ਜਦੋਂ ਮੈਂ ਬਣਾਉਣਾ ਵਧੀਆ ਬਣਦੀ ਹੈ, ਅਤੇ ਜਦੋਂ ਵੀ ਬਣਾਉਂਦਾ ਵਾਂ ਮੈਂ ਆਪਣੇ ਚਾਹਣਾ ਬਣਾਉਂਦਾ ਵਾਂ ਕਿ ਤੁਹਾਨੂੰ ਪਤਾ ਚਾਹ ਬਜ਼ੁਰਗ ਕਹਿੰਦੇ ਚਾਵਾਣਾ ਬਣਦੀ ਆ, ਅਤੇ ਆਪਾਂ ਇਸ ਤਰ੍ਹਾਂ ਬਣਾਉਂਦੇ ਕਿ ਅਸੀਂ ਪੀਣੀ ਆ ਨਾ ਕਿ ਕਸਟਮਰ ਨੇ ਪੀਣੀ ਆ, ਬਸ ਇਸ ਕਰਕੇ। ਚਾਹ ਦੀ ਚੁਸਕੀਆਂ ਮੈਂ ਇੰਟਰਵਿਊ ਦੇ ਵਿੱਚ ਨਾਲ ਨਾਲ ਲੈ ਰਿਹਾ ਵਾਂ, ਪਰ ਜੋ ਸਵਾਦ ਕਹਿ ਸਕਦੇ ਹਾਂ ਘਰ ਦੇ ਵਿੱਚ ਜੋ ਸਾਡੀ ਮੰਮੀਆਂ ਤਿਆਰ ਕਰਦੀਆਂ ਨੇ ਜਾਂ ਖਾਸ ਜੋ ਚਾਹ ਕਹਿ ਆਪਣੇ ਸਵਾਦ ਕਰਕੇ ਜਾਣੀ ਜਾਂਦੀ ਹੈ, ਸੇਮ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਇਸ ਵਿੱਚ ਭਰੀਆਂ ਹੋਈਆਂ ਨੇ, ਇਹ ਸਭ ਕਿੱਥੋਂ ਸਿੱਖਿਆ ਜਾਂ ਕਿ ਕੋਈ ਘਰ ਵਿੱਚ ਪਹਿਲਾਂ ਸ਼ੌਂਕ ਸੀਗਾ ਚਾਹ ਬਣਾਉਣ ਦਾ ਜਾਂ ਸਭ ਕਿੱਥੋਂ ਆਈ ਕਲਾ? ਇਹ ਸਰ ਘਰੇ ਹੀ ਮੈਂ ਬਣਾਉਂਦਾ ਹੁੰਦਾ ਸੀ, ਬਸ ਘਰੇ ਹੀ ਸ਼ੌਂਕ ਸੀਗਾ ਚਾਹ ਬਣਾਉਣ ਦਾ, ਬਸ ਮੰਮੀ ਪਾਪਾ ਨੂੰ ਪਿਆਣੀ ਆਪਣੇ ਬ੍ਰਦਰ ਨੂੰ ਪਿਆਣੀ, ਅਤੇ ਉੱਥੋਂ ਹੀ ਮਤਲਬ ਸਿੱਖਿਆ ਵਾ ਇਹ
ਇਲਾਚੀ ਵਗੈਰਾ ਪ੍ਰੋਪਰ ਵਧੀਆ ਤਰੀਕੇ ਨਾਲ ਪਾਣੀ ਕੁੱਟ ਕੁੱਟ ਕੇ ਤੇ ਪਾਣੀ ਨੂੰ ਰਿੱਝਣਾ ਬਸ। ਤੁਸੀਂ ਆਪਣੀ ਕਾਰਡ ਤੇ ਬਾਹਰ ਲਿਖਿਆ ਚਾਹ ਪੀਓ ਕੱਪ ਖਾਓ, ਇਹ ਕੱਪ ਖਾਣ ਦਾ ਸਿਲਸਿਲਾ ਕੀ ਹੈ? ਇਹ ਕੱਪ ਨੂੰ ਕੀ ਮਤਲਬ ਕਿ ਕਿਹੜੀ ਜਿਹੀ ਚੀਜ਼ ਪਾ ਦਿੱਤੀ, ਕਿਉਂਕਿ ਘਰ ਦੇ ਵਿੱਚ ਤਾਂ ਕੱਪ ਡਿੱਗ ਜਾਵੇ ਤਾਂ ਭਸੂੜੀ ਪੈ ਜਾਂਦੀ ਕਿ ਕੱਪ ਤੋੜ ਦਿੱਤਾ, ਇੱਥੇ ਇਹ ਸਭ ਕਿਸ ਤਰ੍ਹਾਂ ਫਿਰ? ਬਿਲਕੁਲ ਬਿਲਕੁਲ ਸਰ, ਘਰ ਤੇ ਸਹੀ ਗੱਲ, ਮੰਮੀ ਕੁੱਟਣ ਲੱਗ ਪੈਂਦੀ ਜੇ ਕੱਪ ਡਿੱਗ ਜੇ ਤੇ। ਇਹ ਕਨਸੈਪਟ ਹੈਗਾ ਕਿ ਵੇਫਰ ਵਾਲੇ ਕੱਪ ਆ, ਤੁਸੀਂ ਬਿਸਕਿਟ ਟਾਈਪ ਖਾ ਸਕਦੇ ਹੋ, ਜਿਹਨੂੰ ਇੱਕ ਘੁੱਟ ਚਾਹ ਦਾ ਭਰੋ ਤੇ ਇੱਕ ਬਾਈਟ ਦੀ ਕੱਪ ਦੀ ਲਓ। ਹਾਂਜੀ, ਤਾਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਸੀ, ਇਸ ਕਰਕੇ ਤੁਸੀਂ ਯੂਨੀਵਰਸਿਟੀ ਦੇ ਠੀਕ ਬਾਹਰ ਇਹ ਕਾਰਟ ਲਗਾਏ, ਤਾਂ ਹੁਣ ਵੀ ਜ਼ਹਿਨ ਵਿੱਚ ਪੜ੍ਹਨ ਦਾ ਚਾਹ ਉਮੰਗ ਹੈਗੀ ਹੈ ਕਿ ਕੱਲ੍ਹ ਨੂੰ ਪੈਸੇ ਜੋੜ ਕੇ ਆਰਥਿਕ ਹਾਲਾਤਾਂ ਨੂੰ ਮਜ਼ਬੂਤ ਕਰਕੇ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਾਂਗਾ ਜਾਂ ਅੱਗੇ ਪੜ੍ਹਾਈ ਕਰਾਂਗਾ? ਪੜ੍ਹਾਈ ਤਾਂ ਸਰ ਮੈਂ ਚਲੋ ਕਰਨਾ ਚਾਹੁੰਦਾ ਸੀ, 4 ਕੁ ਸਾਲ ਹੋ ਗਏ ਮੇਰਾ ਗੈਪ ਪੈ ਗਿਆ, 4-5 ਸਾਲ ਦਾ ਹੁਣ ਮੈਨੂੰ ਸ਼ਾਇਦ, ਚਲੋ ਜੇ ਪਰਮੇਸ਼ੁਰ ਚਾਹੇਗਾ ਤਾਂ ਪੈਸੇ ਜੋੜ ਵੀ ਸਕਦੇ ਆ, ਜੇ ਨਹੀਂ ਜੁੜਨਗੇ ਤਾਂ ਕੁਛ ਕਹਿ ਨਹੀਂ ਸਕਦੇ, ਜੇ ਜੁੜਨਗੇ ਤਾਂ ਫਿਰ ਜ਼ਰੂਰ ਪੜ੍ਹਾਂਗਾ ਮੈਂ, ਫਿਰ ਮੈਂ ਅੱਗੇ ਗ੍ਰੈਜੂਏਟ ਜ਼ਰੂਰ ਕਰਾਂਗਾ ਸਰ, BA ਵਗੈਰਾ ਜ਼ਰੂਰ ਕਰਾਂਗਾ। ਕੀ ਪ੍ਰਾਈਸ ਕੀ ਹੈ ਇਸ ਚਾਹ ਦੇ ਕੱਪ ਦਾ, ਔਰ ਰੋਜ਼ਾਨਾ ਤੁਸੀਂ ਕਿੰਨੇ ਵਜੇ ਇੱਥੇ ਆ ਜਾਂਦੇ? ਰੋਜ਼ਾਨਾ ਸਰ ਆਪਾਂ 10:30-11 ਵਜੇ ਤੱਕ ਆ ਜਾਈਦਾ ਵਾ, ਰਾਤੀ 10:30-11 ਵਜੇ ਤੱਕ ਹੋ ਜਾਂਦਾ ਇੱਥੇ, ਅਤੇ ਪ੍ਰਾਈਸ ਸਰ ਹੈਗਾ ਇਹਦਾ 30 ਰੁਪਏ। ਲੋਕੇਸ਼ਨ ਕਿੱਥੇ ਜੇ ਤੁਹਾਡੇ ਕੋਲ ਚਾਹ ਦੇ ਸ਼ੌਕੀਨਾਂ ਨੇ ਆਉਣਾ ਹੋਵੇ, ਕਿੱਥੇ ਆਉਣਾ? ਇਸ ਯੂਨੀਵਰਸਿਟੀ ਦੇ ਸਾਹਮਣੇ ਹੈਗਾ ਜੀ UT ਮਾਰਕੀਟ, ਥਾੜਵਾੜ ਦੇ ਬਿਲਕੁਲ ਸਾਹਮਣੇ ਆਪਣਾ ਕਾਕਾ ਚਾਹ ਵਾਲਾ ਲੱਗਾ। ਸਰ ਬਹੁਤ ਵਧੀਆ ਲੱਗਾ, ਆਪਾਂ ਯੂਨੀਵਰਸਿਟੀ ਪੜ੍ਹਦੇ ਹਾਂ ਅਤੇ ਇਹਨਾਂ ਕੋਈ ਮੋਸਟਲੀ ਵਿਜ਼ਿਟ ਕਰੀਦਾ, ਸਭ ਤੋਂ ਵਧੀਆ ਚਾਹ ਇਹਨਾਂ ਦੀ ਆ, ਅਤੇ ਇਸ ਏਰੀਏ 'ਚ ਸਭ ਤੋਂ ਵਧੀਆ ਚਾਹ ਸਾਨੂੰ ਇਹਨਾਂ ਦੀ ਲੱਗੀ ਆ, ਸਭ ਤੋਂ ਟੇਸਟੀ ਚਾਹ ਭਾਜੀ ਬਣਾਉਂਦੇ ਆਪਣੇ। ਹਾਂਜੀ, ਚਾਹ ਦੇ ਨਾਲ ਕਹਿ ਸਕਦੇ ਕਿ ਹਰ ਇੱਕ ਦਾ ਇੱਕ ਬੜਾ ਗੂੜਾ ਨਾਤਾ ਹੁੰਦਾ। ਹਾਂਜੀ ਹਾਂਜੀ, ਚਾਹ ਬਿਨਾਂ ਜ਼ਿੰਦਗੀ ਨਹੀਂ ਕੋਈ, ਚਾਹ ਦੇ ਸਵੇਰੇ ਉੱਠ ਕੇ ਚਾਹ, ਸ਼ਾਮੀ ਚਾਹ, ਦੁਪਹਿਰੇ ਚਾਹ, ਸਾਨੂੰ ਚਾਹੀਦੀ ਚਾਹ ਹੀ ਆ, ਸਭ ਤੋਂ ਟੇਸਟੀ ਚਾਹ ਲੱਗੀ ਇਹਨਾਂ ਦੀ। ਕਹਿ ਸਕਦੇ ਹਾਂ ਕਿ ਅਸੀਂ ਵੱਖ ਵੱਖ ਪ੍ਰਕਾਰ ਦੇ ਕਿਸਮਾਂ ਦੀਆਂ ਚਾਹਾਂ ਪੀਂਦੇ ਹਾਂ, ਬਟ ਕਦੀ ਦੇਖਿਆ ਕਿ ਚਾਹ ਦਾ ਕੱਪ ਅਜਿਹਾ ਹੋਏਗਾ ਜਿਸ ਨੂੰ ਅਸੀਂ ਖਾ ਵੀ ਸਕਦੇ? ਨਹੀਂ ਨਹੀਂ, ਐਂ ਨਹੀਂ ਦੇਖਿਆ, ਫਸਟ ਇਹਨਾਂ ਨੇ ਕੱਢਿਆ ਅਤੇ ਬਹੁਤ ਵਧੀਆ ਲੱਗਾ। ਚਾਹ ਤਾਂ ਤੁਸੀਂ ਪੀ ਲਈ ਹੈ ਅਤੇ ਹੁਣ ਕੱਪ ਖਾਣ ਦੀ ਵਾਰੀ, ਜਿਸ ਤੱਕ ਦੇਖ ਸਕਦੇ ਹਾਂ ਕਿ ਕੱਪ ਖਾਧਾ ਜਾ ਰਿਹਾ ਅਤੇ ਕਿਸ ਤਰ੍ਹਾਂ ਦਾ ਸਵਾਦ ਆ ਰਿਹਾ? ਵਧੀਆ ਸਵਾਦ ਆ ਰਿਹਾ, ਬਹੁਤ ਵਧੀਆ ਸਵਾਦ ਆ ਰਿਹਾ, ਬੜਾ ਵੱਖਰਾ ਕਨਸੈਪਟ, ਪਹਿਲੀ ਵਾਰ ਦੇਖਿਆ ਕਿ ਆਪਾਂ ਜੇ ਚਾਹ ਪੀਣੇ ਪਏ ਆਪਾਂ ਖਾ ਵੀ ਸਕਦੇ ਉਸ ਚੀਜ਼ ਨੂੰ, ਬੜਾ ਵੱਖਰੀ ਚੀਜ਼ ਲੱਗ ਰਹੀ ਆ, ਪਰ ਚਲੋ ਬਹੁਤ ਵਧੀਆ ਮਜ਼ਾ ਆ ਸਵਾਦ। ਕੱਪ ਟੁੱਟ ਵੀ ਜਾਂਦਾ, ਵੇਖੋ ਇੱਥੋਂ ਤੋੜ ਕੇ ਤਰ੍ਹਾਂ ਖਾ ਵੀ ਕਹਿੰਦੇ ਕਿ ਘਰ ਘਰ ਕੱਪ ਟੁੱਟ ਜਾਏ ਤੇ ਮੰਮੀ ਬੋਲਦੀ ਕਿ ਮੇਰਾ ਨੁਕਸਾਨ ਕਰ ਦਿੱਤਾ, ਇੱਥੇ ਕੱਪ ਤੋੜ ਤੋੜ ਕੇ ਖਾਧਾ ਜਾ ਰਿਹਾ, ਇਹ ਵੈਫਰ ਲਗਾਉਣਾ ਤਾਂ ਕਰਕੇ ਖਾਧਾ ਜਾਂਦਾ ਵਾ, ਮਤਲਬ ਸਾਰਿਆਂ ਨੂੰ ਟਰਾਈ ਕਰਨਾ ਚਾਹੀਦਾ। ਕਹਿ ਸਕਦੇ ਕਿ ਅੰਮ੍ਰਿਤਸਰ 'ਚ ਇੱਕ ਨਵਾਂ ਕਨਸੈਪਟ ਜੁੜ ਗਿਆ, ਬਹੁਤ ਵਧੀਆ, ਉੱਥੋਂ ਯੂਨੀਵਰਸਿਟੀ ਦੇ ਸਾਹਮਣੇ ਹੈਗਾ, ਜਿਹੜੇ ਸਟੂਡੈਂਟਸ ਹੈਗੇ ਆਪਾਂ ਵੀ ਉੱਥੋਂ ਦੇ ਸਟੂਡੈਂਟਸ ਹੈਗੇ ਹਾਂ, ਸਾਰਿਆਂ ਨੂੰ ਆਪਾਂ ਇਹੀ ਦੱਸਾਂਗੇ ਕਿ ਇੱਥੋਂ ਟਰਾਈ ਕਰੋ ਜ਼ਰੂਰ, ਨਾਲੇ ਭਾਈ ਵੀ ਬਹੁਤ ਵਧੀਆ ਟ੍ਰੀਟ ਕਰਦੇ ਗਏ, ਸਾਰਿਆਂ ਨੂੰ ਵਧੀਆ ਲੱਗੇਗਾ। ਹਾਂਜੀ, ਮੇਰੀ ਹੁਣ ਚਾਹ ਦੀ ਪਿਆਲੀ ਵੀ ਮੁੱਕਣ ਜਾ ਰਹੀ ਹੈ, ਅਤੇ ਜੇ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਠੀਕ ਸਾਹਮਣੇ UT ਮਾਰਕੀਟ ਵਿਖੇ ਕਾਕਾ ਚਾਹ ਵਾਲੇ ਨਾਂ ਦਾ ਇਹ ਜੋ ਕਾਰਟ ਹੈ ਇੱਥੇ ਲੱਗੀ ਹੈ, ਰੇਹੜੀ ਜੋ ਨੌਜਵਾਨ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਆ, ਔਰ ਲੋਕਾਂ ਦੇ ਵੱਲੋਂ ਵੀ ਇਹਨੂੰ ਢੇਰ ਸਾਰਾ ਜੋ ਪਿਆਰ ਹੈ ਉਹ ਮਿਲ ਰਿਹਾ, ਔਰ ਇੱਕ ਮਨ ਵਿੱਚ ਚਾਹ ਬਣਾਉਣ ਦਾ ਤਾਂ ਚਾਹ ਸੀਗਾ ਹੀ, ਪਰ ਇੱਕ ਚਾਹ ਇਹ ਵੀ ਸੀਗਾ ਕਿ ਮੈਂ ਲੋਕਾਂ ਨੂੰ ਉਹ ਸਵਾਦ ਦੇਵਾਂ ਜੋ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਨਹੀਂ, ਔਰ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਕਨਸੈਪਟ ਜਿਸ ਦਾ ਅਸੀਂ ਵਾਰ ਵਾਰ ਜ਼ਿਕਰ ਕਰ ਰਹੇ ਹਾਂ, ਉਹ ਇਹ ਹੈ ਕਿ ਇਹ ਕੱਪ ਜੋ ਹੈ ਇਹ ਵੈਫਰ ਦੇ ਮਟੀਰੀਅਲ ਨਾਲ ਬਣਿਆ ਹੋਇਆ, ਜਿਸ ਨੂੰ ਕਿ ਚਾਹ ਪੀਣ ਤੋਂ ਬਾਅਦ ਤੁਸੀਂ ਖਾ ਵੀ ਸਕਦੇ ਹੋ, ਔਰ ਇਹ ਚੋਕਲੇਟ ਦੇ ਨਾਲ ਜੋ ਹੈ ਸਰਵ ਕੀਤਾ ਜਾਂਦਾ, ਔਰ 2 ਪ੍ਰਕਾਰ ਦੀ ਜੋ ਚਾਹ ਇੱਥੇ ਖਾਸ ਇਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ, ਔਰ ਉਹਨਾਂ ਕਿਹਾ ਕਿ ਬਚਪਨ ਦੇ ਵਿੱਚ ਲਾਡ ਪਿਆਰ ਦੇ ਨਾਲ ਘਰ ਦੇ ਮੈਨੂੰ ਅਕਸਰ ਕਹਿੰਦੇ ਸੀ ਕਿ ਤੂੰ ਚਾਹ ਦਾ ਕੰਮ ਕਰ ਲੈ, ਅਤੇ ਜਦ ਆਰਥਿਕ ਹਾਲਾਤਾਂ ਨੇ ਸਾਥ ਨਹੀਂ ਦਿੱਤਾ, ਜਦ ਆਪਣੇ ਹੀ ਕਹਿ ਸਕਦੇ ਹਾਂ ਕਿ ਚਾਹ ਨਹੀਂ ਪੂਰੇ ਹੋ ਪਾਏ, ਤਾਂ ਇਸ ਨੌਜਵਾਨ ਨੂੰ ਮਜਬੂਰਨ ਚਾਹ ਦੀ ਰੇਹੜੀ ਹੀ ਲਗਾਉਣੀ ਪਈ, ਅਤੇ ਸੋਚ ਇਹੀ ਹੈ ਕਿ ਮੈਂ ਲੋਕਾਂ ਤੱਕ ਉਸ ਪਿਆਰ ਸਤਿਕਾਰ ਨੂੰ ਵੀ ਪਹੁੰਚਾਵਾਂ ਅਤੇ ਲੋਕਾਂ ਦਾ ਵੀ ਪਿਆਰ ਬਟੋਰ ਲਵਾਂ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।